ਸਤਿ ਸ਼੍ਰੀ ਅਕਾਲ ਵੀਰ ਜੀ, ਇਹ ਤੁਹਾਡਾ ਆਪਣਾ ਚੈਨਲ ਵੀਰੇ ਸ਼ਿਵ ਇਲੈਕਟ੍ਰਿਕ ਵਰਕਸ। ਇਹ ਤੋਂ ਵੱਧ ਤੋਂ ਵੱਧ ਜਾਣਕਾਰੀ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਜ ਆਪਾਂ ਇਸਦੇ ਦਫ਼ਤਰ 'ਚ ਪਹੁੰਚਾਂਗੇ। ਸ਼ੋਰਟ ਸਰਕਟ ਹੋਇਆ ਹੋਇਆ ਵੀਰ ਜੀ, ਇੱਥੇ ਤੁਸੀਂ ਦੇਖ ਸਕਦੇ ਹੋ ਪੱਖੇ ਦੇ ਵਿੱਚ ਲਾਈਟ ਦਿਖ ਰਹੀ ਹੈ ਸ਼ੋਰਟ ਸਰਕਟ ਦੀ। ਇਹ ਫਾਲਟ ਵੀਰ ਜੀ ਮੀਂਹ ਕਰਕੇ ਨਾ ਫੈਨ ਬਕਸ ਅਰਥ ਹੋ ਗਿਆ ਅਤੇ ਨਿਊਟਰਲ ਫੇਸ ਚੇਂਜ ਹੋਏ ਹੋਏ ਨੇ ਪਿੱਛੋਂ ਇਹਦੇ। ਆਹ ਦੇਖ ਸਕਦੇ ਹੋ ਤੁਸੀਂ, ਨਿਊਟਰਲ ਫੇਸ ਚੇਂਜ ਹੋਣ ਕਰਕੇ ਫਲਟ ਪਿਆ ਗਾ। ਜਿਹੜਾ ਫੇਸ ਹੈਗਾ ਉਹ ਡਾਇਰੈਕਟ ਹੋ ਗਿਆ ਅਤੇ ਨਿਊਟਰਲ ਐਮ ਸੀ ਵੀ ਰਾਹੀਂ ਹੋ ਗਈ, ਤਾਂ ਕਰਕੇ ਦਿੱਕਤ ਆ ਰਹੀ ਹੈਗੀ। ਅਤੇ ਜਿਹੜਾ ਫੈਨ ਬਕਸ ਹੈ ਮੀਂਹ ਪੈਣ ਕਰਕੇ ਅਰਥ ਹੋ ਗਿਆ ਅਤੇ ਫੇਸ ਫੈਨ ਬਕਸੇ ਵਿੱਚ ਟੱਚ ਹੋ ਰਿਹਾ ਅਤੇ ਉੱਧਰ ਨਿਊਟਰਲ ਨੂੰ ਅਰਥਿੰਗ ਹੋਣ ਕਰਕੇ ਮਿਲ ਰਹੀ ਹੈ, ਇਸ ਕਰਕੇ ਸ਼ੋਰਟ ਸਰਕਟ ਹੋਇਆ ਹੋਇਆ। ਆਹ ਤੁਸੀਂ ਦੇਖ ਸਕਦੇ ਹੋ ਜਿਹੜੀ ਬਲੈਕ ਤਾਰ ਹੈ ਫੇਸ ਬਣਿਆ ਹੋਇਆ ਹੈਗਾ, ਜਦਕਿ ਇਹਨੂੰ ਨਿਊਟਰਲ ਹੋਣਾ ਚਾਹੀਦਾ ਸੀਗਾ। ਆਹ ਡੋਲ ਵਾਲੀ ਤਾਰ ਨਾਲ ਟੱਚ ਕਰਾਉਂਦੇ ਹਾਂ ਤਾਂ ਸਪਾਰਕਿੰਗ ਹੋ ਰਹੀ ਹੈ। ਦੇਖੋ ਤੁਸੀਂ, ਸ਼ਾਇਦ ਤੁਹਾਨੂੰ ਦਿਖ ਨਹੀਂ ਰਿਹਾ ਹੋਣਾ ਪਰ ਸ਼ੋਰਟ ਹੋ ਰਿਹਾ ਥੋੜ੍ਹਾ ਬਹੁਤਾ। ਫੇਸ ਐਮ ਸੀ ਵੀ ਰਾਹੀਂ ਆਪਾਂ ਨੇ ਨਿਊਟਰਲ ਫੇਸ ਚੇਂਜ ਕਰਤਾ। ਆਹ ਦੇਖੋ ਜੀ, ਫਲਟ ਕੱਢਤਾ ਆਪਾਂ ਨੇ। ਓਕੇ, ਰਿਪੋਰਟ।